ਤੇ ਤੂੰ ਵੀ ਤਿਆਰੀ ਰੱਖ, ਪੱਟਾਂ ਤੇਲ ਲਾ ਲਾ ਮੂਸੇ ਵਾਲਿਆ। ਰਾਜਨੀਤੀ ਕਰਦਾ ਸਾਦ, ਲਿਖ ਕੇ ਵੀ ਦੇ ਦਿਆ ਕਰ ਬੁਣਿਆ ਆਪਣਿਆਂ ਨੂੰ, ਲਿਖਣਾ ਤਾਂ ਆਉਂਦਾ ਨਹੀਂ ਉਹਨਾਂ ਨੂੰ ਸਾਲਿਆਂ ਨੂੰ ਗਾਂਡੂਆਂ ਨੂੰ। ਹਾਂਜੀ ਦੋਸਤੋ, ਸਤਿ ਸ਼੍ਰੀ ਅਕਾਲ, ਅਦਾਬ, ਨਮਸਕਾਰ, ਮੈਂ ਤੁਹਾਡਾ ਹੋਸਟ ਚਾਚਾ ਸਿੰਘ। ਦੋਸਤੋ, ਸੁਲਤਾਨ ਜਿਸਨੇ ਕਿ ਇੱਕ ਵਾਰ ਪਹਿਲਾਂ ਵੀ ਸਿੱਧੂ ਮੂਸੇ ਵਾਲੇ ਨੂੰ ਕੁਝ ਖਰੀਆਂ ਗੱਲਾਂ ਸੁਣਾਈਆਂ ਸੀ। ਆਓ ਸੁੱਟੇ ਬੀਬੀ ਕਰਦੇ ਹੋ ਗੀਤਕਾਰੀਆਂ, ਆਈ ਸਾਈਟ ਹੋਈ ਆ ਤੁਹਾਡੀ ਵੀ ਕਬੱਲਿਆ, ਤੈਨੂੰ ਸੁਪਨੇ ਚ ਆ ਕੇ ਜੋ ਡਰਾਉਂਦਾ ਬਾਰ ਬਾਰ, ਪੋਤੇ ਉਹੀ ਆ ਮੈਂ ਸੁੱਟਾ ਲਾਉਣ ਵਾਲਾ ਗੀਤਕਾਰ, ਬਾਦੇ ਸੀ ਗੋਲੀ ਵੱਜੀ ਪਾਈ ਨੀ ਸਨੈਪ ਮੈਂ, ਅਸੀਂ ਪੱਟੀਆਂ ਦਿਖਾ ਕੇ ਨਹੀਂ ਫ੍ਰੇਮ ਭਾਲਦੇ ਆਉਂਦੇ ਨਹੀਂ ਫ੍ਰੇਮ ਭਾਲਦੇ, ਅਸੀਂ ਨਕਲੀ ਵੀ ਉਹਨਾਂ ਨਹੀਂ ਫ੍ਰੇਮ ਭਾਲਦਾ, ਸਿੱਧੂ ਸਰਦਾਰਾ ਇੱਕ ਵਾਰੀ ਹੋਰ, ਇੱਕ ਵਾਰੀ ਹੋਰ ਦੇਖੀ ਕਰ ਦੂੰ ਕਮਾਲ ਤੇਰੇ, ਐਸੀ ਸੱਟ ਮਾਰੂੰ ਤੇਰੀ ਬਦਲ। ਅਤੇ ਹੁਣ ਉਹ ਇੱਕ ਵਾਰੀ ਫੇਰ ਸਿੱਧੂ ਮੂਸੇ ਵਾਲੇ ਨੂੰ ਖੁੱਲੀ ਚੁਣੌਤੀ ਦੇ ਰਿਹਾ ਆਪਣੀ ਇੱਕ ਵੀਡੀਓ ਰਾਹੀਂ, ਅਤੇ ਉਸ ਦੀ ਇੱਕ ਵੀਡੀਓ ਵਿੱਚ ਉਹ ਕਹਿੰਦਾ ਦਿਖਾਈ ਦੇ ਰਿਹਾ ਹੈ ਕਿ ਮੂਸੇ ਵਾਲਿਆ ਪੱਟਾਂ ਨੂੰ ਤੇ ਲਾ ਲਾ ਮੈਂ ਆ ਰਿਹਾ ਤੇਰੇ ਲਈ। ਰਾਜਨੀਤੀ ਕਰਦਾ ਸਾਦ, ਲਿਖ ਕੇ ਵੀ ਦੇ ਦਿਆ ਕਰ ਬੁਣਿਆ ਆਪਣਿਆਂ ਨੂੰ, ਲਿਖਣਾ ਤਾਂ ਆਉਂਦਾ ਨਹੀਂ ਉਹਨਾਂ ਨੂੰ ਸਾਲਿਆਂ ਨੂੰ ਗਾਂਡੂਆਂ ਨੂੰ, ਤੇ ਤੂੰ ਵੀ ਤਿਆਰੀ ਰੱਖ, ਪੱਟਾਂ ਤੇਲ ਲਾ ਲਾ ਮੂਸੇ ਵਾਲਿਆ। ਦੋਸਤੋ, ਤੁਹਾਨੂੰ ਸੁਲਤਾਨ ਅਤੇ ਸਿੱਧੂ ਮੂਸੇ ਵਾਲੇ ਵਿੱਚ ਕੌਣ ਜ਼ਿਆਦਾ ਵਧੀਆ ਲੱਗਦਾ ਕਮੈਂਟ ਕਰਕੇ ਜ਼ਰੂਰ ਦੱਸਿਓ, ਤੇ ਜੇਕਰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਇੱਦਾਂ ਦੀ ਹੋਰਨਾਂ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ। ਧੰਨਵਾਦ। ਤੇਰੇ ਭਾਲੂ ਜਿਹੇ ਬਾਲ।